ਆਵਾਜ਼ ਔਰ ਤਸਵੀਰ ਦੀ ਦੁਨੀਆ ਦੇ ਦੋਸਤੋ ਅਸਲਾਮ ਅਲੈਕਮ, ਮੈਂ ਹਾਂ ਮਕਸੂਦ ਅਤੇ ਤੁਸੀਂ ਦੇਖ ਰਹੇ ਹੋ ਯੂਟਿਊਬ ਚੈਨਲ ਪੰਜਾਬੀ ਸੈਰ ਸਪਾਟਾ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਨਵੀਂ ਤੋਂ ਨਵੀਂ ਜਗ੍ਹਾ ਦੀ ਸੈਰ ਔਰ ਨਵੀਂ ਤੋਂ ਨਵੀਂ ਜਗ੍ਹਾ ਦੀ ਮਾਲੂਮਾਤ ਦਿੰਦੇ ਹਾਂ, ਅਤੇ ਅੱਜ ਅਸੀਂ ਜੀ ਤੁਹਾਡੇ ਵਾਸਤੇ ਉਹ ਸੁਗਾਤ ਉਹ ਚੀਜ਼ਾਂ ਲੈ ਕੇ ਆਏ ਹਾਂ, ਉਹ ਬਾਜ਼ਾਰ ਲੈ ਕੇ ਆਏ ਹਾਂ ਕਿ ਜਨਾਬ ਅਜੇ ਤੱਕ ਤੁਸੀਂ ਉਹ ਬਾਜ਼ਾਰ ਨਾ ਉਹ ਜਗ੍ਹਾ ਤੁਸੀਂ ਦੇਖੀ ਹੋਣੀ ਹੈ। ਅਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਜੀ ਲੈਸ ਦੀ ਸ਼ੋਪ। ਲੈਸ ਤੁਹਾਨੂੰ ਪਤਾ ਹੈ ਅਕਸਰ ਜਿਹੜਾ ਕਿ ਲੇਡੀਜ਼ ਕੱਪੜਿਆਂ ਦੇ ਉੱਤੇ ਮੁਖਤਲਿਫ ਡਿਜ਼ਾਈਨਾਂ ਦੇ ਵਿੱਚ ਜਿਹੜੀ ਹੈ ਨਾ ਕਿ ਉਹ ਲੱਗਦੀ ਹੈ। ਅਤੇ ਅੱਜ ਅਸੀਂ ਤੁਹਾਨੂੰ ਉਸ ਸ਼ੋਪ ਦੇ ਉੱਤੇ ਲੈ ਕੇ ਆਏ ਹਾਂ, ਉਸ ਮਾਰਕੀਟ ਦੇ ਵਿੱਚ ਲੈ ਕੇ ਆਏ ਹਾਂ। ਔਰ ਇਸ ਤੋਂ ਪਹਿਲੇ ਕਿ ਅਗਰ ਤੁਸੀਂ ਇਸ ਚੈਨਲ 'ਤੇ ਨਵੇਂ ਜੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਜਨਾਬ ਨਾਲ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਤੁਸੀਂ ਸਾਡੇ ਨਾਲ ਜੁੜੇ ਰਹੋ ਔਰ ਇਸੇ ਤਰ੍ਹਾਂ ਦੀ ਮਾਲੂਮਾਤ ਔਰ ਇਸੇ ਤਰ੍ਹਾਂ ਦੀਆਂ ਜਗ੍ਹਾ 'ਤੇ ਸਾਡੇ ਨਾਲ ਸੈਰ ਕਰਦੇ ਰਹੋ। ਔਰ ਜਿਤਨੇ ਲੋਕਾਂ ਨੇ ਪਹਿਲੇ ਇਸ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਜੀ ਅਸੀਂ ਤਹਿ ਦਿਲ ਦੇ ਨਾਲ ਸ਼ੁਕਰੀਆ ਅਦਾ ਕਰ ਰਹੇ ਹਾਂ। ਅਤੇ ਮੈਂ ਕਿਹਾ ਜੀ ਤੁਹਾਨੂੰ ਮੁਖਤਲਿਫ ਬਾਜ਼ਾਰਾਂ ਦੀ ਹਰ ਤਰ੍ਹਾਂ ਦੀ ਵਰਾਇਟੀ ਦੀ ਅਸੀਂ ਤੁਹਾਨੂੰ ਵੀਡੀਓ ਦਿਖਾਉਂਦੇ ਰਹਿੰਦੇ ਹਾਂ, ਅਤੇ ਅਜੇ ਤੱਕ ਤੁਹਾਨੂੰ ਲੈਸ ਦੀ ਅਸੀਂ ਵੀਡੀਓ ਨਹੀਂ ਸੀ ਦਿਖਾਈ। ਅਤੇ ਬਹੁਤ ਸਾਰੇ ਲੋਕ ਜਿਹੜੇ ਕਿ ਫੈਸਲਾਬਾਦ ਦੇ ਵਿੱਚ ਰਹਿੰਦੇ ਵੀ ਨੇ ਔਰ ਆਊਟ ਆਫ ਸਿਟੀ ਤੋਂ ਵੀ ਆਉਂਦੇ ਨੇ ਫੈਸਲਾਬਾਦ ਦੇ ਵਿੱਚ ਮਾਲ ਲੈਣ ਵਾਸਤੇ, ਲੇਕਿਨ ਉਹਨਾਂ ਨੂੰ ਲੈਸ ਦੀ ਮਾਰਕੀਟ ਦਾ ਪਤਾ ਨਹੀਂ ਲੱਗਦਾ ਹੈਗਾ। ਅਤੇ ਮੈਂ ਕਿਹਾ ਜੀ ਕਿਉਂ ਨਾ ਅੱਜ ਇਹਨਾਂ ਨੂੰ ਮੁਤਾਰਫ ਕਰਵਾਈ ਜਾਵੇ। ਲੈਸ ਦੀ ਮਾਰਕੀਟ ਇਹ ਜਨਾਬ ਤੁਸੀਂ ਦੇਖ ਰਹੇ ਜੇ ਇਹ ਸਾਰਾ ਜਿਹੜਾ ਕਿ ਬਾਜ਼ਾਰ ਜਿਹੜਾ ਨਾ ਭਰਿਆ ਇਹ ਲੈਸ ਨਾਲ ਹੀ ਹੈ। ਅਸੀਂ ਅੱਜ ਇੱਕ ਸ਼ੋਪ 'ਤੇ ਆਏ ਸੀ, ਸਾਨੂੰ ਵੀ ਇਤਫਾਕ ਹੋਇਆ ਸੀ ਲੈਸ ਖਰੀਦਣ ਦਾ, ਅਤੇ ਮੈਂ ਕਿਹਾ ਕਿਉਂ ਨਾ ਨਾਲ ਨਾਲ ਤੁਹਾਨੂੰ ਜਨਾਬ ਅਸੀਂ ਇਸ ਸ਼ੋਪ ਦੇ ਬਾਰੇ ਵੀ ਮੁਤਾਰਫ ਕਰਵਾ ਦਈਏ ਤਾਂ ਕਿ ਤੁਹਾਡਾ ਵੀ ਜਦੋਂ ਕਿਤੇ ਚੱਕਰ ਲੱਗੇ ਇਸ ਏਰੀਏ ਦੇ ਵਿੱਚ ਆਓ, ਇਸ ਚੀਜ਼ ਦੀ ਤੁਹਾਨੂੰ ਜ਼ਰੂਰਤ ਪਵੇ ਤਾਂ ਇਹ ਜਨਾਬ ਤੁਸੀਂ ਬਾ ਆਸਾਨੀ ਤਰੀਕੇ ਦੇ ਨਾਲ ਇਹ ਪਰਚੇਜ਼ ਇਹ ਕਰ ਸਕਦੇ ਜੇ। ਇਹ ਜਨਾਬ ਤੁਸੀਂ ਘੰਟਾ ਘਰ ਵਾਲੀ ਸਾਈਡ ਤੋਂ ਆਉਂਦੇ ਜੇ ਨਾ, ਅਤੇ ਇਹ ਰਾਈਟ ਸਾਈਡ ਦੇ ਉੱਤੇ ਛੋਟੀ ਜਿਹੀ ਗਲੀ ਹੈ, ਅਤੇ ਉਹਦੇ ਵਿੱਚੋਂ ਦੀ ਜਨਾਬ ਤੁਸੀਂ ਦਾਖਲ ਹੋ ਕੇ ਅਤੇ ਇਸ ਦੁਕਾਨ ਦੇ ਉੱਤੇ ਤੁਸੀਂ ਜਿਹੜਾ ਨਾ ਇਹ ਪਹੁੰਚ ਸਕਦੇ ਜੀ। ਇਹ ਛੋਟੀ ਮਾਰਕੀਟ, ਇਹ ਮਾਰਕੀਟ ਜਿਤਨੀ ਵੀ ਹੈ ਜੀ ਇਹ ਸਾਰੀ ਜਿਹੜੀ ਹੈ ਨਾ ਕਿ ਲੈਸ ਦੀ ਹੈ। ਇੱਥੇ ਤੁਹਾਨੂੰ ਹਰ ਤਰ੍ਹਾਂ ਦੀ ਜਿਹੜੀ ਹੈ ਕਿ ਨਵੀਂ ਤੋਂ ਨਵੀਂ ਵਰਾਇਟੀ, ਨਵੇਂ ਤੋਂ ਨਵਾਂ ਡਿਜ਼ਾਇਨ ਜਿਹੜਾ ਕਿ ਤੁਹਾਨੂੰ ਲੈਸ ਦਾ ਇੱਥੇ ਮਿਲੇਗਾ। ਇੱਥੇ ਬਟਨ ਵਗੈਰਾ ਵੀ ਤੁਹਾਨੂੰ ਮਿਲਣਗੇ, ਜਿੱਪਾਂ ਵਗੈਰਾ ਵੀ ਤੁਹਾਨੂੰ ਮਿਲਣਗੀਆਂ, ਇਸ ਤਰ੍ਹਾਂ ਦੀਆਂ ਯਾਨੀ ਕਿ ਜਿਹੜੀਆਂ ਚੀਜ਼ਾਂ ਨੇ ਨਾ ਇਸਤੇਮਾਲ ਹੋਣ ਵਾਲੀਆਂ ਉਹ ਤੁਹਾਨੂੰ ਜਨਾਬ ਇਸ ਮਾਰਕੀਟ ਦੇ ਵਿੱਚੋਂ ਮਿਲਣਗੀਆਂ। ਅਤੇ ਹਰ ਤਰ੍ਹਾਂ ਦੀ ਦੇਖ ਲਓ ਲੈਸ ਜਿਹੜੀ ਹੈ ਕਿ ਉਹ ਦਸਤੀਆਬ ਹੈ, ਅਤੇ ਜਿਸ ਤਰ੍ਹਾਂ ਦਾ ਕੱਪੜਾ ਜਿਸ ਤਰ੍ਹਾਂ ਦਾ ਜਨਾਬ ਕਲਰ ਹੋਵੇ ਕੱਪੜੇ ਦਾ ਉਸ ਤਰ੍ਹਾਂ ਦੀ ਤੁਸੀਂ ਨਾਲ ਜਿਹੜੀ ਹੈ ਕਿ ਲੈਸ ਉਹ ਪਰਚੇਜ਼ ਕਰ ਸਕਦੇ ਜੇ। ਔਰ ਇਹ ਹੋਲਸੇਲ ਹੈ, ਤੋਲ ਕੇ ਇੱਥੇ ਤੁਹਾਨੂੰ ਮਿਲੇਗੀ, ਯਾਨੀ ਕਿ ਇੱਕ ਗੁੱਥੀ ਨਹੀਂ ਮਿਲੇਗੀ, ਦੋ ਨਹੀਂ ਮਿਲਣਗੀਆਂ, ਇੱਥੇ ਤੁਹਾਨੂੰ ਤੋਲ ਕੇ ਮਿਲੇਗੀ ਕਿਉਂਕਿ ਇਹ ਹੋਲਸੇਲ ਦਾ ਕੰਮ ਹੈ। ਅਤੇ ਹੋਲਸੇਲ ਦੇ ਵਿੱਚ ਤੁਹਾਨੂੰ ਵੀ ਪਤਾ ਕਿ ਜ਼ਿਆਦਾ ਮਾਰਜਨ ਨਹੀਂ ਹੁੰਦਾ ਹੋਲਸੇਲ ਦੇ ਵਿੱਚ, ਜਿਹੜਾ ਨਾ ਫਿਰ ਕੋਸ਼ਿਸ਼ ਹੁੰਦੀ ਹੈ ਕਿ ਜ਼ਿਆਦਾ ਲੋਕ ਜਿਹੜਾ ਨਾ ਕਿ ਮਾਲ ਉਠਾਉਣ, ਮਾਲ ਚੁੱਕਣ, ਤਾਂ ਕਿ ਜਾ ਕੇ ਇਹਨਾਂ ਦਾ ਨਿਜ਼ਾਮ ਵੀ ਜਿਹੜਾ ਨਾ ਉਹ ਵੀ ਸੈੱਟ ਹੋਵੇ। ਅਤੇ ਬਾਕੀ ਜਨਾਬ ਜ਼ਿੰਦਗੀ 'ਚ ਇਤਫਾਕ ਹੋਵੇ ਇਹ ਸਾਈਡ 'ਤੇ ਆਉਣ ਦਾ, ਤਾਂ ਲਾਜ਼ਮੀ ਜਨਾਬ ਲਾਓ ਚੱਕਰ ਅਤੇ ਇੱਥੋਂ ਲੈਸ ਪਰਚੇਜ਼ ਕਰੋ। ਅਤੇ ਬਾਕੀ ਇਸ ਵੀਡੀਓ ਨੂੰ ਦੇਖਣ ਦਾ, ਸਾਨੂੰ ਸੁਣਨ ਦਾ ਬਹੁਤ ਸ਼ੁਕਰੀਆ। ਅਤੇ ਬਹੁਤ ਜਲਦ ਮਿਲਦੇ ਹਾਂ ਇੱਕ ਨਵੀਂ ਜਗ੍ਹਾ 'ਤੇ ਅਤੇ ਇੱਕ ਨਵੀਂ ਵੀਡੀਓ ਦੇ ਵਿੱਚ। ਉਨੀ ਦੇਰ ਤੱਕ ਆਪਣਾ ਖਿਆਲ ਰੱਖੋ, ਆਪਣੀ ਫੈਮਿਲੀ ਦਾ, ਅਤੇ ਸਾਨੂੰ ਇਜਾਜ਼ਤ ਦਿਓ। ਅੱਲਾ ਹਾਮੀ ਓ ਨਾਸਰ ਹੋ ਅਤੇ ਰੱਬ ਰਾਖਾ ਜੀ।